जीएन ਨੂੰ ਪਿਆਰੇ ਦਰਸ਼ਕੋ ਦਿਮਾਗੀ ਕਸਰਤ ਦੇ ਇੱਕ ਹੋਰ ਸਵਾਲ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਹ ਸਵਾਲ ਦਾ ਜੋ ਮੇਨ ਸਿਰਲੇਖ ਹੈ 100 ਰੁਪਏ ਦੇ 100 ਪਕੌੜੇ। ਸੋ ਦੇਖੀਏ ਇਹ ਸਵਾਲ ਕੀ ਹੈ ਪੂਰਾ। ਪ੍ਰਧਾਨ ਮੰਤਰੀ ਦੀ ਪ੍ਰੇਰਣਾ ਸਦਕਾ ਮੈਂ ਪਕੌੜਿਆਂ ਦਾ ਕੰਮ ਸ਼ੁਰੂ ਕੀਤਾ। ਦੇਸ਼ ਭਗਤ ਹੋਣ ਕਰਕੇ ਮੈਂ ਰੇਟ ਵੀ ਘੱਟ ਹੀ ਰੱਖੇ। ਪਨੀਰ ਪਕੌੜਾ 5 ਰੁਪਏ, ਗੋਭੀ ਪਕੌੜਾ 3 ਰੁਪਏ। ਅਤੇ ਮਿਰਚਾਂ ਦੇ ਤਿੰਨ ਪਕੌੜੇ 1 ਰੁਪਏ ਦੇ। ਇੱਕ ਗਾਹਕ ਬੋਲਿਆ, "ਬਾਈ ਜੀ, ਮੇਰੇ ਕੋਲ 100 ਰੁਪਏ ਹਨ ਤੇ ਮੈਨੂੰ ਤਿੰਨੇ ਕਿਸਮ ਦੇ ਰਲਾ ਕੇ 100 ਪਕੌੜੇ ਚਾਹੀਦੇ ਹਨ।" বুঝੋ ਮੈਂ 100 ਰੁਪਏ ਦੇ 100 ਰਲਵੇਂ ਪਕੌੜੇ ਕਿਵੇਂ ਦਿੱਤੇ? ਵੀਡੀਓ ਨੂੰ ਪਾਜ਼ ਕਰਕੇ ਇਸ ਸਵਾਲ ਨੂੰ ਆਪ ਹੱਲ ਕਰਨ ਦਾ ਯਤਨ ਕਰੋ ਅਤੇ ਮਗਰੋਂ ਦੀ ਪੂਰਾ ਵੀਡੀਓ ਵੇਖ ਕੇ ਆਪਣੇ ਜਵਾਬ ਦਾ ਮਿਲਾਨ ਕਰੋ ਹਲ ਕਰਨ ਤੋਂ ਪਹਿਲੇ ਤੁਹਾਨੂੰ ਦੱਸ ਦਈਏ ਕਿ ਇਸ ਸਵਾਲ ਦੇ ਤਿੰਨ ਸਹੀ ਹੱਲ ਹਨ ਅਰਥਾਤ ਇਸ ਸਵਾਲ ਨੂੰ ਜੇ ਕਰਾਂਗੇ ਤੇਰੇ ਤਿੰਨ ਵੱਖਰੇ ਵੱਖਰੇ ਹੱਲ ਆਣਗੇ ਅਤੇ ਤਿੰਨੋਂ ਜਿਹੜੇ ਨੇ ਉਹ ਸਹੀ ਹੋਣਗੇ ਤੇ ਅਸੀਂ ਤੁਹਾਨੂੰ ਤਿੰਨੋਂ ਕਰਕੇ ਦੱਸਾਂਗੇ ਉਹ ਕਿਵੇਂ ਕਰਨਾ ਹੈ ਮਨ ਲੋ ਪਨੀਰ ਦੇ ਪਕੌੜੇ ਬਰਾਬਰ x ਕਿਉਂਕਿ ਪਨੀਰ ਦੇ ਪਕੌੜੇ ਦੀ ਕੀਮਤ 5 ਹੈ 5 ਰੁਪਏ ਵੇ ਇਸ ਕਰਕੇ ਪਨੀਰ ਦੇ ਪਕੌੜਿਆਂ ਦੀ ਕੀਮਤ ਹੋ ਗਈ 5x गोभी ਦੇ ਪਕੌੜੇ ਬਰਾਬਰ y गोभी ਦੇ ਪਕੌੜਿਆਂ ਦੀ ਕੀਮਤ ਹੈਗੀ 3 ਰੁਪਏ ਤੇ ਇਸ ਕਰਕੇ गोभी ਦੇ ਪਕੌੜਿਆਂ ਦੀ ਕੀਮਤ ਹੋ ਗਈ 3 ਗੁਣਾ y ਮਿਰਚ ਦੇ ਪਕੌੜੇ ਮੰਨ ਲਓ ਹੈਗੇ ਨੇ z ਕਿਉਂਕਿ 3 ਪਕੌੜੇ ਮਿਰਚ ਦੇ 1 ਰੁਪਏ ਦੇ ਨੇ ਇਸ ਕਰਕੇ ਮਿਰਚ ਦੇ ਪਕੌੜਿਆਂ ਦੀ ਕੀਮਤ ਹੋ ਗਈ z 3 ਕਿਉਂਕਿ ਇੱਕ ਮਿਰਚ ਦਾ ਪਕੌੜਾ ਹੋ ਗਿਆ 1 3 ਰੁਪਏ ਦਾ ਸੋ z ਮਿਰਚ ਦੇ ਪਕੌੜੇ ਹੋਗੇ z 3 ਹੁਣ ਦਿੱਤੀ ਹੋਈ ਸ਼ਰਤਾਂ ਦੇ ਮੁਤਾਬਕ x जमा, y जमा, z 100 ਕਿਉਂਕਿ 100 ਪਕੌੜੇ ਚਾਹੀਦੇ ਨੇ ਸੋ x ਪਨੀਰ ਦੇ ਪਕੌੜੇ y ਗੋਭੀ ਦੇ ਪਕੌੜੇ ਤੇ z ਮਿਰਚ ਦੇ ਪਕੌੜੇ ਰਲ ਕੇ 100 ਬਣਨੇ ਚਾਹੀਦੇ ਨੇ ਇੱਕ ਸਮੀਕਰਨ ਸਾਡਾ ਇਹ ਬਣ ਗਿਆ ਅਤੇ ਕੀਮਤ ਵੀ 100 ਰੁਪਏ ਹੋਣੀ ਚਾਹੀਦੀ ਹੈ ਇਸ ਕਰਕੇ 5x 3y z 3 100 ਹੁਣ ਦੂਜੇ ਸਮੀਕਰਨ ਨੂੰ ਥੋੜਾ ਜਿਹਾ ਅਡਜਸਟ ਕਰਾਂਗੇ ਕਿਉਂਕਿ z 3 ਹੈਗਾ ਮੈਂ 3 ਨੂੰ ਹਟਾਉਣਾ ਚਾਹੁੰਦਾ ਆਪਣਾ ਕੰਮ ਸੌਖਾ ਕਰਨ ਲਈ ਸੋ ਮੈਂ ਦੋਨੋਂ ਪਾਸੇ ਸਮੀਕਰਨ ਨੂੰ 3 ਦੇ ਨਾਲ ਇਕੁਏਸ਼ਨ ਨੂੰ ਗੁਣਾ ਕਰ ਦਿੱਤਾ ਸੋ 3 5 15 ਤੇ 3 9 ਤੇ z 3 3 ਹੋ ਗਿਆ ਕੱਲਾ z ਤੇ 100 3 ਹੋ ਗਿਆ 300 ਇਹ ਸਮੀਕਰਨ ਹੋ ਗਿਆ ਦੂਜਾ ਹੁਣ ਇੱਕ ਸਮੀਕਰਨ ਨੂੰ ਦੋ ਸਮੀਕਰਨ ਚੋਂ ਘਟਾਉਂਦੇ ਵਈ ਇੱਕ ਨੂੰ ਦੋ ਚੋਂ ਜਿਲੇ ਘਟਾਇਆ ਤੇ ਸਾਡੇ ਕੋਲ ਹੋ ਗਿਆ 15 ਚੋਂ 15 x ਵਿੱਚੋਂ 1 x ਗਿਆ ਤੇ ਆ ਗਿਆ 14 x 9 y ਚੋਂ 1 y ਗਿਆ ਤੇ ਆ ਗਿਆ 8 y ਤੇ z ਵਿੱਚੋਂ z ਗਿਆ ਤੇ ਉਹ ਕੱਟ ਗਿਆ 0 ਸੋ z ਉੱਡ ਗਿਆ ਤੇ 300 ਵਿੱਚੋਂ 100 ਗਿਆ ਤੇ ਹੋ ਗਿਆ 200 ਹੁਣ ਇਥੇ 14 ਹੈਗਾ 8 ਹੈਗਾ 200 ਹੈਗਾ ਤੇ ਇਹ ਕਿ ਜਿਸ ਸੰਖਿਆ ਈਵਨ ਨੰਬਰ ਹੈ ਤੇ ਮੈਂ ਇੱਕ ਵਾਰੀ ਫਿਰ ਕੀਤਾ ਆਪਣਾ ਕੰਮ ਸੌਖਾ ਕਰਨ ਲਈ ਦੋਨੋਂ ਪਾਸੇ ਸਮੀਕਰਨ ਨੂੰ ਦੋ ਦੇ ਨਾਲ ਭਾਗ ਕਰਤਾ 2 ਸੱਤੇ 14 7x 2 ਚੋਕੇ 8 4y ਤੇ 200 2 ਹੋ ਗਿਆ 100 ਸੋ ਆ ਗਿਆ 100 ਸੋ ਮੇਰੇ ਕੋਲ ਇੱਕ ਸਮੀਕਰਨ ਆ ਗਿਆ 7x 4y 100 ਹੁਣ ਇਥੇ ਮੈਂ ਦਰਸ਼ਕਾਂ ਨੂੰ ਇੱਕ ਬੜਾ ਮੋਢਲਾ ਜਿਹਾ ਗਣਿਤ ਦਾ ਸਿਧਾਂਤ ਦੱਸਣਾ ਚਾਹਣਾ ਕਿ ਜੇ ਮੇਰੇ ਕੋਲ 3 ਅਨਨੋਨ ਕਵਾਂਟਿਟੀਆਂ ਹੁੰਤਨ ਵੇਰੀਏਬਲ ਹੁੰਤਿਲ ਤਿੰਨ ਜਿਹੜੇ ਚੱਲ ਹੋਣ ਤੇ ਮੈਨੂੰ ਤਿੰਨ ਸਮੀਕਰਨ ਚਾਹੀਦੇ ਨੇ ਤੇ ਜੇ ਮੇਰੇ ਕੋਲ ਦੋ ਅਨਨੋਨ ਕਵਾਂਟਿਟੀਆਂ ਹੋਣ ਦੋ ਚੱਲ ਹੋਣ ਤੇ ਮੈਨੂੰ ਦੋ ਸਮੀਕਰਨ ਚਾਹੀਦੇ ਨੇ ਤੁਸੀਂ ਦੇਖੋ ਇੱਥੇ ਮੇਰੇ ਕੋਲ ਜਿਹੜੀ ਅਨਨੋਨ ਕਵਾਂਟਿਟੀਆਂ ਹੈਗੀਆਂ ਉਹ ਤਿੰਨ ਹੈਗੀਆਂ ਨੇ x y ਤੇ z ਪਰ ਮੇਰੇ ਕੋਲ ਸਮੀਕਰਨ ਕੇਵਲ ਦੋ ਨੇ ਇੱਕ ਪਹਿਲਾ x y z 100 ਤੇ ਦੂਜਾ ਖਿੱਚ ਤੂ ਖਿੱਚ ਤੂ ਕਰਕੇ ਵੀ ਬਿਲਕੁਲ ਆਇਆ 7x y 4y 100 ਸੋ ਇਸ ਸਵਾਲ ਨੂੰ ਅਸੀਂ ਗਣਿਤ ਦੇ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਸੋ ਇਹਨੂੰ ਅਸੀਂ ਕਰਾਂਗੇ ਹਿੱਟ ਐਂਡ ਟ੍ਰਾਇਲ ਮੈਥਡ ਦੇ ਨਾਲ ਜਿਹਨੂੰ ਅਸੀਂ ਕਹਿ ਸਕਦੇ ਹਾਂ ਜੁਗਾਰ ਸਿਸਟਮ ਅਸੀਂ ਜੁਗਾਰ ਲਗਾਵਾਂਗੇ ਤੇ ਜੁਗਾਰ ਦਾ ਮਤਲਬ ਇਹ ਹੁੰਦਾ ਕਿ ਅਸੀਂ ਵੈਲਿਊਜ਼ ਪਾ ਕੇ ਦੇਖਾਂਗੇ ਕਿ ਕਿਹੜੀ ਵੈਲਿਊ ਫਿੱਟ ਬੈਠਦੀ ਹੈ ਕਿਹੜੀ ਫਿੱਟ ਨਹੀਂ ਬੈਠਦੀ ਅਰਥਾਤ ਕਿਹੜੇ ਜਵਾਬ ਮੌਮਕਿਨ ਹੋ ਸਕਦੇ ਨੇ ਅਤੇ ਕਿਹੜੇ ਜਵਾਬ ਮੌਮਕਿਨ ਨਹੀਂ ਹੋ ਸਕਦੇ ਪਰ ਇਹ ਕਰਨ ਲਈ ਵੀ ਸਾਨੂੰ ਥੋੜੀ-ਬਹੁਤ ਆਪਣੀ ਕਾਮਨ ਸੈਂਸ ਜਿਹੜੀ ਹੈ ਉਹ ਵਰਤਣੀ ਪੈਗੀ ਆਓ ਦੇਖਦੇ ਹਾਂ ਉਹ ਕਿਵੇਂ ਕਰਦੇ ਹਾਂ ਸੋ ਮੇਰੇ ਕੋਲ ਸਮੀਕਰਨ ਆ ਗਿਆ 7x 4y 100 ਹੁਣ ਜਿਹੜੀ ਮੈਂ ਕਾਮਨ ਸੈਂਸ ਦੀ ਗੱਲ ਕੀਤੀ ਉਹ ਹੈ ਵੀ ਜਦੋਂ ਵੀ ਮੈਂ ਕਿਸੇ ਵੀ ਸੰਖਿਆ ਨੂੰ ਈਵਨ ਨੰਬਰ ਦੇ ਨਾਲ ਗੁਣਾ ਕਰਾਂਗਾ ਤੇ ਉਹਦਾ ਜੋ ਪ੍ਰੋਡਕਟ ਹੋਏਗਾ ਉਹਦਾ ਨਤੀਜਾ ਹੋਏਗਾ ਹਮੇਸ਼ਾ ਈਵਨ ਨੰਬਰ ਹੋਏਗਾ ਇਹ ਮੇਰਾ ਜਿਹੜੀ ਇਹ ਮੇਰਾ ਕਮ ਸੌਖਾ ਕਰਦੀ ਹੈ ਕਿਉਂਕਿ 4y 4 ਜਿਹੜੀ ਇਹ ਈਵਨ ਨੰਬਰ ਹੈ ਹੁਣ 4 ਨੂੰ ਤੁਸੀਂ 1 ਨਾਲ ਗੁਣਾ ਕਰ ਲਓ 1 ਕੋਡ ਨੰਬਰ 4 1 4 ਈਵਨ ਆ ਗਿਆ 4 ਨੂੰ 3 ਨਾਲ ਗੁਣਾ ਕਰ ਲਓ 4 3 12 ਫਿਰ ਵੀ ਬਣੇਗਾ 4 ਨੂੰ 2 ਨਾਲ ਗੁਣਾ ਕਰ ਲਓ 4 2 8 ਬਣੇਗਾ ਇਹਦਾ ਮਤਲਬ ਇਹ ਹੋਇਆ ਕਿ ਜੇ 4y ਪ੍ਰੋਡਕਟ ਈਵਨ ਆਂਦਾ ਹੈ ਤੇ ਜੇ 100 ਚੋਂ ਘਟਾਵਾਂਗੇ ਤੇ ਉਹਦਾ ਨਤੀਜਾ ਵੀ ਈਵਨ ਆਏਗਾ ਇਹਦਾ ਮਤਲਬ ਇਹ ਹੋਇਆ ਕਿ 7x ਜਿਹੜਾ ਹੈ ਉਹ ਮੇਰੇ ਕੋਲ ਈਵਨ ਹੋਣਾ ਚਾਹੀਦਾ ਹੈ ਜਿਸਤ ਸੰਖਿਆ ਹੋਣੀ ਚਾਹੀਦੀ ਹੁਣ ਮੈਂ 7 ਦਾ ਪਹਾੜਾ ਗਿਣਾਗਾ ਪਰ ਮੈਂ 7 1 7 ਜਾਂ 7 2 14 ਜਾਂ 7 5 35 ਜਿਹੜਾ 1 3 5 ਜਿਹੜੀ ਟਾਂਕ ਸੰਖਿਆ ਹੈ ਆਰਡ ਨੰਬਰ ਨਾਲ ਗੁਣਾ ਹੋ ਰਿਹਾ ਉਹ ਮੈਂ ਛੱਡਦਾਗਾ ਉਹ ਚ ਮੈਨੂੰ ਆਪਣਾ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਮਮਕਿਨ ਹੀ ਨਹੀਂ ਆਗਾ ਸੋ ਮੈਂ 2 4 6 8 10 ਇਦਾਂ ਮੈਂ ਗੁਣਾ ਕਰਾਂਗਾ ਠੀਕ ਹੈ ਸੋ ਮੈਂ ਪਹਿਲੇ ਦੋਵਾਂ ਨਾਲ ਗੁਣਾ ਕੀਤਾ 7 2 14 ਠੀਕ ਹੈ ਜੀ ਤੇ 14 ਜਿਹੜੇ 100 ਚੋਂ ਕੱਢਿਆ ਤੇ ਕਿੰਨਾ ਬੰਦਾ 86 ਸੋ 14 ਜਮਾ 86 100 ਪਰ ਇਥੇ ਇੱਕ ਸਮੱਸਿਆ ਹੈ ਕਿ ਜਿਹੜਾ 100 ਚੋਂ 14 ਘੱਟ ਕੇ 86 ਆਇਆ ਉਹ ਚਾਰ ਨਾਲ ਭਾਗ ਹੋਣਾ ਚਾਹੀਦਾ ਪਰ 86 4 ਇਹ ਭਾਗ ਨਹੀਂ ਹੁੰਦਾ ਇਸ ਕਰਕੇ ਮੈਨੂੰ ਲਾਲ ਕਰ ਦਿੱਤਾ ਅਰਥਾਤ ਇਹ ਜਿਹੜਾ ਜੋ ਜਿਹੜਾ ਜੋੜ ਮੇਲੇ ਇਹ ਮੈਨੂੰ ਸੂਟ ਨਹੀਂ ਕਰਦਾ ਐਵੇਂ ਹਟਾ ਦਾਂਗਾ ਫਿਰ ਮੈਂ ਅੱਗੇ ਚੱਲਿਆ ਜਿਸ ਸੰਖਿਆ 7 4 28 128 جمع 72 100 ਹੁੰਦਾ ਤੇ ਮੈਂ ਦੇਖਦਾ ਕਿ x ਜਿਹੜਾ ਹੈ ਉਹ ਕਿੰਨਾ 4 ਆ ਗਿਆ 4 ਸਕੇ 28 ਤੇ 72 ਨੂੰ ਜਿੱਲੇ ਮੈਂ 4 ਨਾਲ ਭਾਗ ਕੀਤਾ ਤੇ ਮੇਰੇ ਕੋਲ ਇਹ ਆ ਗਿਆ 18 18 ਚੋਕ 72 ਸੋ ਇਹ ਹੋ ਸਕਦਾ ਹੈ ਠੀਕ ਹੈ ਜੀ ਅੱਗੇ ਫਿਰ ਮੈਂ ਗਿਆ 76 کا 42 ਤੇ 42 ਜਿੱਲੇ 100 ਚੋਕ ਡਾਏ ਤੇ 58 ਬਣਦਾ ਪਰ ਮੁਸ਼ਕਿਲ ਹੈ ਕਿ 58 ਵੀ 4 ਦੇ ਨਾਲ ਭਾਗ ਨਹੀਂ ਹੁੰਦਾ ਇਸ ਕਰਕੇ ਇਹ ਵੀ ਮੈਂ ਲਾਲ ਕਰ ਦਿੱਤਾ ਇਹ ਮੈਂ ਇਹਨੂੰ ਮੈਂ ਨਹੀਂ ਕੰਸੀਡਰ ਕਰਾਂਗਾ ਫਿਰ ਮੈਂ ਆਇਆ 78 56 ਜੇ 56 ਨੂੰ ਜੇਲੇ 100 ਚੋਂ ਘਟਾਇਆ 44 ਆ ਗਿਆ 44 ਚਾਰ ਨਾਲ ਭਾਗ ਹੋ ਜਾਂਦਾ ਹੈ ਸੋ y ਬਰਾਬਰ ਆ ਗਿਆ 11 44 11 ਆ ਗਿਆ ਇਹ ਹੋ ਸਕਦਾ ਹੈ ਫਿਰ 7 10 70 70 30 100 ਪਰ 30 ਜਿਹੜਾ 4 ਨਾਲ ਭਾਗ ਨਹੀਂ ਹੁੰਦਾ ਇਸ ਕਰਕੇ ਮੈਂ ਇਹਨੂੰ ਵੀ ਛੱਡ ਦੇਵਾਂਗਾ ਫਿਰ ਆ ਗਿਆ 12 7 84 84 ਜੇਲੇ 100 ਚੋਂ ਘਟਾਇਆ ਤੇ 16 ਆ ਗਿਆ 16 ਚਾਰ ਨਾਲ ਭਾਗ ਹੋ ਜਾਂਦਾ ਹੈ ਤੇ y ਬਰਾਬਰ ਆ ਗਿਆ 4 ਹੁਣ ਮੈਂ ਅੱਗੇ ਚਲਾਂ ਜੇ ਜੇ ਇਹ 12 7 84 ਤੇ 14 ਸੱਤੇ ਹੋ ਜਾਂਦਾ 98 ਤੇ 98 ਜਿਹੜੇ 100 ਚੋਂ ਘਟਾਉਂਗੇ ਫਿਰ ਦੋ ਹੀ ਰਹਿ ਜਾਂਦਾ ਉਹ ਚਾਰ ਤੋਂ ਘਟਾ ਹੈਗਾ ਤੇ ਅੱਗੇ ਮੈਨੂੰ ਜਾਣ ਦੀ ਲੋੜ ਨਹੀਂ ਹੈਗੀ ਸੋ ਮੇਰੇ ਕੋਲ ਕੁੱਲ ਆਪਸ਼ਨ ਸੀਗੇ 6 1 2 3 4 5 6 6 ਚੋਂ ਜਿਹੜੇ ਤਿੰਨ ਹੈਗੇ ਨੇ ਉਹ ਬਿਲਕੁਲ ਵੀ ਫਿੱਟ ਨਹੀਂ ਬੈਠਦੇ ਤੇ ਮੈਂ ਤਿੰਨ ਇਹਨਾਂ ਚੋਂ ਘਟਾ ਦਿੱਤੇ ਤੇ ਤਿੰਨ ਮੈਨੂੰ ਜਿਹੜੇ ਮਿਲ ਗਏ ਉਹ ਹੈਗੇ 28 72 56 44 ਤੇ 84 16 ਆਓ ਦੇਖੀਏ ਸੋ ਐਵੇਂ ਫਿਰ ਲਿਖ ਦਿੱਤਾ ਹੁਣ ਮੈਨੂੰ ਸਮੀਕਰਨ ਚਾਹੀਦਾ ਹੈ x y z 100 ਠੀਕ ਹੈ ਹੁਣ ਜਿੱਲੇ ਮੈਂ ਇਦਾਂ ਕੀਤਾ ਤੇ ਹੁਣ ਮੈਂ z ਦੀ ਵੈਲਿਊ ਕੱਢਾਂਗਾ ਠੀਕ ਹੈ ਫਿਰ z ਮੈਂ ਦੇਖਣਾ ਕਿ z ਜਿਹੜਾ ਹੈ ਕਿਉਂ z 3 ਹੈਗਾ ਤੇ ਇਸ ਕਰਕੇ z ਜਿਹੜਾ ਹੈ ਉਹ 3 ਦੇ ਨਾਲ ਭਾਗ ਹੋਣਾ ਚਾਹੀਦਾ ਹੈ ਇਹ ਬੜਾ ਜ਼ਰੂਰੀ ਹੈ ਹੁਣ ਇਹ ਜਿਹੜੇ ਮੈਂ ਫੇਰ ਰਿਪੀਟ ਕਰ ਦਿੰਦਾ ਤੁਹਾਡੇ ਲਈ ਲਿਖਿਆ ਵਾਪਸ 28 72 100 56 44 100 84 16 100 ਤੇ ਬ੍ਰੈਕਟਸ ਲਿਖ ਦਿੱਤਾ ਵੀ x 4 ਕਿਉਂਕਿ 72 ਸੱਚੋ 28 ਤੇ ਇੱਥੇ ਹੈਗਾ ਆਪਣਾ 4 ए अठारह चौक बहत्तर छपंजा बटा जड़ा अपना सत्त हैगा अठ आ जाएगा ग्यारह बटा चार जरा ग्यारह आ जाएगा इसी तरह चौरासी बटा सत्त है, बारह आ जाएगा तो सोलह बटा चार चार आ जाएगा सो मेरे को आ गया कि यह जरा एक्स चार वाई अठारह एक्स अठ वाई ग्यारह एक्स बारह वाई चार हूँ मैं इतने थले लिखा क्योंकि मैं हम समीकरण हैगा एक्स जमा वाई जमा जैड हूँ मैं जैड का मुल कटना है जे मैं चार जमा अठारह लवा एक्स और वाई ਤੇ ਮੇਰੇ ਕੋਲ z ਬੰਦਾ 78 ਤੇ 78ਵੇਂ ਦੇਖਦਾ ਤਿੰਨ ਦੇ ਨਾਲ ਭਾਗ ਹੋ ਜਾਂਦਾ ਹੈ ਕਿਉਂਕਿ 3 2 6 3 4 12 3 5 15 ਏ ਠੀਕ ਹੈ ਜੀ ਫਿਰ ਜੇ ਮੈਂ x 8 ਤੇ y 11 ਇਹਦਾ ਜੋੜਾ ਲਵਾਂ 8 11 ਤੇ ਮੇਰੇ ਕੋਲ z ਆਂਦਾ 81 ਤੇ ਮੈਂ ਦੇਖਦਾ 81 ਵੀ ਜਿਹੜਾ ਹੈ ਉਹ ਤਿੰਨ ਦੇ ਨਾਲ ਭਾਗ ਹੋ ਜਾਂਦਾ ਹੈ ਸੋ z 81 ਵੀ ਹੋ ਸਕਦਾ ਫਿਰ ਮੈਂ ਲਿਆ ਤੀਜਾ ਜੋੜਾ x 12 ਤੇ y 4 12 4 ਤੇ 100 ਚੋਂ ਜੇਲੇ 12 ਜਮਾ 4 16 ਘਟਾਵਾਂਗੇ ਤੇ ਆ ਜੀ 84 ਤੇ ਮੇਰੇ ਤੇ 84 ਵੀ ਜਿਹੜਾ ਹੈ ਉਹ 3 ਦੇ ਨਾਲ ਭਾਗ ਹੋ ਜਾਂਦਾ ਹੈ ਤੇ 28 ਆਂਦਾ ਹੈ ਇਹਦਾ ਮਤਲਬ x 4 y 18 z 78 ਹੋ ਸਕਦਾ ਹੈ x 8 y 11 z 81 ਹੋ ਸਕਦਾ ਹੈ x 12 y 4 ਤੇ z 84 ਹੋ ਸਕਦਾ ਹੈ ਆਓ ਹੁਣ ਦੇਖੀਏ ਮਣੀ ਇਹ ਤੇ ਮਮਕਨ ਹੈ ਹੁਣ ਅਸੀਂ ਇਕੱਲੀ ਪਕੌੜੀਆਂ ਦੀ ਗਿਣਤੀ ਦੇਖੀ ਹੈ ਹੁਣ ਅਸੀਂ ਇਹਨਾਂ ਦਾ ਰੇਟ ਦੇਖੀਏ ਕਿ ਰੇਟ ਇਹ ਤਿੰਨੋਂ ਜਿਹੜੇ ਜੋੜ ਮਿਲ ਨੇ ਐਫਿਟ ਬੈਠਦੇ ਨੇ ਕਿ ਨਹੀਂ ਬੈਠਦੇ ਹੁਣ ਰੇਟ ਦਾ ਸਮੀਕਰਨ ਹੈਗਾ 5x 3u z 3 100 ਹੁਣ ਦੇਖਦੇ ਹਾਂ ਬਣਦਾ ਕਿ ਨਹੀਂ ਬਣਦਾ ਹੁਣ 5 4 3 18 78 3 100 ਬਣਦਾ ਸੋ ਇਹ ਵੀ ਠੀਕ ਹੈ ਸੋ ਅਗਲਾ ਦੇਖੀਏ 5 8 3 11 81 3 ਇਹ ਵੀ 100 ਆਉਂਦਾ ਤੇ ਇਹ ਵੀ ਸੀ ਹੈ 5 12 ਜਿਵੇਂ 3 4 84 3 100 ਇਹ ਵੀ ਠੀਕ ਹੈ। ਹੁਣ ਦੇਖੋ 5 4 20 ਪਹਿਲੇ ਸਮੀਕਰਨ ਦੇਖੋ 5 4 20 18 ਦੀ 54 54 20 ਕਿੰਨਾ ਹੋ ਗਿਆ? ਤੁਹਾਡੇ 74 ਹੋ ਗਿਆ ਤੇ 74 26 100 ਹੋ ਗਿਆ। ਠੀਕ ਹੈ 5 8 40 11 3 33 40 33 ਕਿੰਨਾ ਹੋ ਗਿਆ? 73 ਹੋ ਗਿਆ। 73 27 100 ਹੋ ਗਿਆ। 12 5 60 3 4 12 60 12 72 ਹੋ ਗਿਆ ਤੇ 72 28 100 ਹੋ ਗਿਆ। ਸੋ ਇਹਦਾ ਮਤਲਬ ਹੈ ਵੇ ਕਿ ਮੈਂ ਉਸ ਗਾਹਕ ਨੂੰ ਤਿੰਨ ਟੰਗ ਦੇ ਨਾਲ 100 ਰੁਪਏ ਦੇ 100 ਪਕੌੜੇ ਦੇ ਸਕਦਾ। ਪਹਿਲਾ ਸੈੱਟ ਹੋ ਗਿਆ 4 ਪਨੀਰ ਦੇ ਪਕੌੜੇ, 18 ਗੋਭੀ ਦੇ ਪਕੌੜੇ ਤੇ 78 ਮਿਰਚ ਦੇ ਪਕੌੜੇ। ਜਾਂ ਫਿਰ ਮੈਂ ਉਹਨੂੰ 8 ਪਨੀਰ ਦੇ ਪਕੌੜੇ ਤੇ 11 ਗੋਭੀ ਦੇ ਪਕੌੜੇ ਤੇ 81 ਮਿਰਚ ਦੇ ਪਕੌੜੇ। ਜਾਂ ਫਿਰ ਮੈਂ ਉਹਨੂੰ 12 ਪਨੀਰ ਦੇ ਪਕੌੜੇ, 4 ਗੋਭੀ ਦੇ ਪਕੌੜੇ ਅਤੇ 84 ਮਿਰਚ ਦੇ ਪਕੌੜੇ ਦੇ ਕੇ ਉਹਦੀ ਸ਼ਰਤ ਪੂਰੀ ਕਰ ਸਕਦਾ ਹਾਂ। ਸੋ ਆਸ ਕਰਦਾ ਪਿਆਰੇ ਦਰਸ਼ਕੋ ਕਿ ਆਪ ਜੀ ਨੇ ਇਸ ਸਵਾਲ ਨੂੰ ਇੰਜੋਏ ਕੀਤਾ ਹੋਵੇਗਾ ਇਸੇ ਤਰ੍ਹਾਂ ਦੇ ਹੋਰ ਰੋਚਕ ਅਤੇ ਗਿਆਨ ਭਰਪੂਰ ਵਿਦਿਆ ਨਾਲ ਜੁੜੇ ਹੋਏ ਗੁਜਾਰਤਾ ਨਾਲ ਜੁੜੇ ਹੋਏ ਗਣਿਤ ਦੇ ਸਿਧਾਂਤਾਂ ਨਾਲ ਜੁੜੇ ਹੋਏ ਅਤੇ ਗੁਰਬਾਣੀ ਨਾਲ ਜੁੜੇ ਹੋਏ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਦੇ ਨਾਲ ਵੀਡੀਓਜ਼ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ